ਸਾਡੇ ਵੇਲੇ ਹੋਰ ਤਰ੍ਹਾਂ ਦੀ ਸੇਵਾ ਸੀ ਉਦੋਂ ਸਰਕਾਰਾਂ ਤਾਂ ਹੁੰਦੀਆਂ ਨਹੀਂ ਸਨ ਅਸੀਂ ਤਾਂ ਜੇਲ੍ਹਾਂ 'ਚ ਹੀ ਜਾਣਾ ਹੁੰਦਾ ਸੀ ਨਾ ਆਹ ਜਿਹੜੇ ਪਹਿਲੀ ਕਤਾਰ ਦੇ ਬੈਠੇ ਨਾ ਅਸੀਂ ਇਹ ਤਾਂ ਭਾਈ ਜੇਲ੍ਹਾਂ ਵਾਲੇ ਆ ਉਦੋਂ ਤਾਂ ਸੇਵਾ ਵੱਡੀ ਇਹੀ ਹੁੰਦੀ ਪੰਥ ਦੀ ਦੇਸ਼ ਦੀ ਵੀ ਜਿਹੜਾ ਕੋਈ ਐਜੂਕੇਸ਼ਨ ਉਹਦੇ 'ਚ ਹਿੱਸਾ ਲਓ ਲੜੋ ਅਸੀਂ ਤਾਂ ਆਪਣਾ ਦੌਰ ਉਹ ਟਪਾਇਆ ਹੁਣ ਰਾਜ ਵਾਲਾ ਦੌਰ ਤਾਂ ਸੁਖਬੀਰ ਤੇ ਮਜੀਠੀ ਵਾਲਾ ਦੌਰ ਤਾਂ ਹੁਣ ਆਇਆ ਸਾਡਾ ਤਾਂ ਜੇਲ੍ਹਾਂ ਵਾਲਾ ਸੀ ਅਸੀਂ ਆਪਣੀ ਡਿਊਟੀ ਤੇ ਵੀ ਹੁਣ ਇਹਨਾਂ ਨੂੰ ਜੇਲ੍ਹਾਂ ਜਾਣ ਦੀ ਕੀ ਲੋੜ ਹੈ ਤੇ ਰਾਮੂ ਵਾਲੀ ਨੇ ਤਾਂ ਸਾਰੇ ਸਵਾਲ ਹੀ ਵੇਖੇ ਆ ਇਹ ਸਰਕਾਰ ਨਾਲ ਰਲ ਜਾਂਦਾ ਸੀ ਕਾਂਗਰਸ ਵਾਲਿਆਂ ਨਾਲ ਉੱਥੋਂ ਵੀ ਗੱਫਾ ਮਾਰ ਲੈਂਦਾ ਜੀ ਤਿੰਨ ਤਿੰਨ ਆਉਂਦਾ ਤੇ ਹੁਣ ਭਾਈ ਸਾਡੇ ਨਾਲ ਵੀ ਆ ਗਿਆ ਸਿਆਣਾ ਬੰਦਾ